ਇਹ ਹੈ ਜੀ ਆਕਾਸ਼। ਇਸ ਦਾ ਇੱਕੋ ਇੱਕ ਸੁਪਨਾ ਹੈ, ਇੱਕ ਟਿਕਟੋਕ ਸਟਾਰ ਬਣਨਾ, ਜੋ ਇਸ ਦਾ ਸੁਪਨਾ ਸ਼ਾਇਦ ਕਦੇ ਪੂਰਾ ਨਹੀਂ ਹੋ ਸਕੇਗਾ, ਕਿਉਂਕਿ ਇਸ ਦਾ ਵੱਡਾ ਭਰਾ ਇਸ ਦੀ ਜੜ੍ਹਾਂ 'ਚ ਕੁਛ ਇਸ ਤਰ੍ਹਾਂ ਬੈਠਾ ਹੋਇਆ ਜਿਵੇਂ ਕਪਾਹ 'ਚ ਸੁੰਡੀ। ਅਤੇ ਆ ਗਿਆ ਜੀ ਵਿਸ਼ਾਲ, ਜਿਸ ਨੂੰ ਸੈਲਫੀ ਲੈਣ ਦਾ ਬਹੁਤ ਚਾਅ ਹੈ, ਬਟ ਅਫਸੋਸ ਇਸ ਦੇ ਫੋਨ ਦੇ ਦੋ ਕੈਮਰਿਆਂ 'ਚੋਂ ਇੱਕ ਕੈਮਰੇ ਦੀ ਤਾਰਾਂ ਕੰਪਨੀ ਵਾਲੇ ਲਾਉਣੀ ਭੁੱਲ ਗਏ। ਅਤੇ ਆ ਹੈ ਜੀ ਸੁੱਖਾ, ਇਸ ਨੂੰ ਫੋਨ 'ਤੇ ਗੱਲ ਕਰਨ ਦੀ ਇੰਨੀ ਆਦਤ ਹੈ ਕਿ ਕੰਪਨੀ ਵਾਲਿਆਂ ਨੇ ਅੱਕ ਕੇ 3 ਵਾਰ ਇਸ ਦਾ ਮੋਬਾਈਲ ਨੰਬਰ ਬੈਨ ਕਰਤਾ। ਅਤੇ ਆ ਹੈ ਜੀ ਰਾਜ, ਇਹ ਉਹਨੇ ਕੱਪੜੇ ਨਹੀਂ ਬਦਲਦਾ ਜਿੰਨੇ ਫੋਨ ਬਦਲ ਲੈਂਦਾ। ਅਤੇ ਹਰ ਫੋਨ 'ਚ ਸੱਪ ਵਾਲੀ ਗੇਮ ਹੀ ਖੇਡਦਾ, ਕਿਉਂਕਿ ਇਹ ਦੁਨੀਆ ਦਾ ਇੱਕ ਮਾਤਰ ਇਹੋ ਜਿਹਾ ਪ੍ਰਾਣੀ ਹੈ ਜਿਸਨੇ ਪੁਰਾਣੀ ਵਿਰਾਸਤ ਨੂੰ ਸਾਂਭ ਕੇ ਰੱਖਿਆ ਹੋਇਆ ਹੈ, ਜੋ ਸਾਨੂੰ ਨੋਕੀਆ ਫੋਨ 'ਚ ਮਿਲੀ ਸੀ। ਅਤੇ ਆ ਹੈ ਜੀ ਹੈਰੀ, ਜਿਸ ਨੂੰ ਨੈੱਟ ਚਲਾਉਣ ਦਾ ਇੰਨਾ ਸ਼ੌਂਕ ਹੈ ਕਿ ਰਿਚਾਰਜ ਲਈ ਆਪਣੀ ਕਿਡਨੀ ਜਾਂ ਗੁਰਦਾ ਦੇਣਾ ਇਸ ਲਈ ਕੋਈ ਵੱਡੀ ਗੱਲ ਨਹੀਂ। ਤੈਨੂੰ ਦੇਖ ਮੇਰਾ ਕਾਲ ਜਾਏ ਕੀੜੇ, ਤੰਗ ਕਰਦੇ ਨੇ ਨਰਮੇ ਵਾਲੇ ਕੀੜੇ। ਮੰਮੀ ਮੈਨੂੰ ਅੱਜ ਮਾਸਟਰ ਜੀ ਨੇ ਕੁੱਟਿਆ, ਦੱਸ ਕੀ ਕਰਾਂ। ਤੂੰ ਨਾ ਸ਼ੁਰੂ ਜੀ ਗਾਣਾ ਨਾ ਗੱਲ ਸੁਣ ਲੈ, ਤੂੰ ਸ਼ੁਰੂ ਜੀ ਨਾ ਗਾਣਾ ਗਾਣ ਲੱਗਿਆ ਕਰ, ਐਵੇਂ ਕਾਪੀਰਾਈਟ ਆ ਗਿਆ ਫੇਰ। ਗਾਣਾ ਸਭ ਤੋਂ ਅਲੱਗ ਹੈ, ਯੂਟਿਊਬ ਤੇ ਨਹੀਂ ਆਇਆ। ਅੱਛਾ ਦੁਬਾਰਾ ਸੁਣੋ। ਸੁਣਾ। ਮੰਮੀ ਮੈਨੂੰ ਅੱਜ ਮਾਸਟਰ ਜੀ ਨੇ ਕੁੱਟਿਆ, ਦੱਸ ਕੀ ਕਰਾਂ। ਚੱਲ ਚੁੱਪ ਕਰ ਜਾਣਾ। ਟੋਕ ਕੇ ਪਜਾਮਾ ਪਾੜ ਸੁੱਤਿਆ। ਚੁੱਪ ਕਰ ਯਾਰ, ਕੀ ਹੈ ਯਾਰ, ਸਿਰ ਖਾਂਦੀ ਖੜਾ ਹੈ ਯਾਰ, ਗੇਮ ਨਹੀਂ ਖੇਡਣ ਦਿੰਦਾ ਯਾਰ, ਕਮਾਲ ਹੈ। ਲੇਖ ਲਾ ਕੰਮ ਕਰ ਲੈ। ਉਹ ਪਬਜੀ ਖੇਡੋ, ਜਮਾ ਫੌਜੀ ਵਾਲੀ ਫੀਲਿੰਗ ਆਉਂਦੀ ਹੈ। ਕਿਹੜੀ ਪਬਜੀ? ਮੇਰੇ ਫੋਨ 'ਚ ਤਾਂ ਹਾਂ, ਵੇਖ ਲੈ ਪੈਂਟ ਵੀ ਫੌਜੀ ਵਾਲੀ ਪਾਈ ਹੋਈ ਹੈ। ਮੇਰੇ ਫੋਨ 'ਚ ਤਾਂ ਇੰਸਟਾਲ ਨਹੀਂ ਹੁੰਦੀ, ਐਂ ਬੜਾ ਹੋ ਜਾਂਦਾ ਹੈ। 500 MB ਰੈਮ ਹੈ ਕਿ ਨਹੀਂ ਹੈ ਤੇਰੀ? ਮਾਰ ਸਾਲੇ ਨੂੰ, ਮਾਰ 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 ਮਾਰ। ਕਿੰਨੂੰ ਮਾਰਿਆ ਇਹਨੂੰ? ਛੱਤੇ ਛੱਤੇ ਚੜ੍ਹ ਜਾ, ਛੱਤੇ ਛੱਤੇ। ਚੱਲ ਚੱਲ ਛਾਲ ਮਾਰ। ਕਦੇ ਪਬਜੀ ਦੀ ਵੀਡੀਓ ਵੇਖੀ ਹੈ? ਵੇਖਿਆ ਪਬਜੀ ਹੁੰਦਾ ਗੇਮ ਜੇ? ਆ ਗੇਮ ਵੇਖੇ? ਤੇਰੇ ਪਲੇ ਸਟੋਰ ਤੇ ਵੈਸੇ ਹੀ ਨਹੀਂ ਆਉਂਦਾ ਪਬਜੀ। ਆ ਗੇਮ ਵੇਖ ਖੇਡ ਕੇ ਕਿੰਨਾ ਆਨੰਦ ਆਉਂਦਾ ਹੈ। ਉਹ ਤੁਹਾਡੇ ਵਾਸਤੇ ਪਬਜੀ ਲਾਈਟ ਬਣੇ ਹੋਏ ਆ ਛੋਟੇ, 2-2 MB ਵਾਲੇ, ਉਹ ਖੇਡੇ ਕਰੋ ਤੁਸੀਂ। ਉਹਦੇ ਨਾਲ ਗੱਲ ਕਰ ਯਾਰ ਤੂੰ। ਗੱਲ ਕਰ ਕਰਦਾ ਪਬਜੀ ਦੀ ਗੱਲ, ਵੱਡੇ ਬੰਦੇ ਦਾ ਕੰਮ, ਵੱਡੇ ਬੰਦੇ ਦਾ ਕੰਮ ਹੁੰਦਾ ਪਬਜੀ ਖੇਡਣਾ। ਮਸਾ ਮੰਗ ਕੇ ਫੋਨ ਲਿੱਤਾ ਯਾਰ, ਗੇਮ ਖੇਡਣ ਦੇ ਤੂੰ। ਪਰ ਯਾਰ ਉਹ ਸੁੱਕੇ, ਬੈਟਰੀ ਡਾਊਨ ਹੋ ਗਈ ਯਾਰ, ਚਾਰਜਰ ਮਿਲ ਜੂਗਾ? ਚਾਰਜਰ ਮੈਂ ਤੇ ਕੋਲ ਮੰਗਿਆ, ਆਨੇ ਤੁਸੀਂ ਕੱਢੀ ਜਾਂਦੇ ਹੋ, ਨਾਲੇ ਚਾਰਜਰ ਮੰਗਿਆ, ਜਾਨ ਥੋੜੀ ਮੰਗ ਲਈ ਯਾਰ ਤੇਰੀ ਮੈਂ। ਦੇਖ ਗੱਲ ਸੁਣ ਲੈ ਮੇਰੀ ਪਹਿਲੀ। ਹਾਂਜੀ, ਕਿਹੜੇ ਦੀ ਮੰਗ ਲੈ? ਨਾ ਨਹੀਂ ਹੈ ਤੈਨੂੰ ਚਾਰਜਰ, ਨਹੀਂ ਘੰਟੇ ਵਾਸਤੇ ਦੇ ਦੇ ਬਾਈ। ਨਹੀਂ ਬਈ ਚਾਰਜਰ ਨਹੀਂ, ਚਾਰਜਰ ਨਹੀਂ, ਚਾਰਜਰ ਨਹੀਂ ਬਈ। ਤੈਨੂੰ ਹੁਣ ਜਾਗ ਆਈ ਹੈ? ਚਾਰਜਰ ਨਹੀਂ ਮਿਲਦਾ, ਚਾਰਜਰ ਦੇ ਦੋ ਯਾਰ। ਓਏ ਚੱਲ, ਓਏ ਚਾਰਜਰ ਤਾਂ ਮਿਲ ਜਾਊਗਾ ਤੈਨੂੰ, ਪਰ ਸਿਰਫ 1 ਘੰਟੇ ਵਾਸਤੇ। ਯੋਰ ਟਾਈਮ ਸਟਾਰਟ ਨਾਓ। ਓਏ ਘੰਟਾ ਹੋ ਗਿਆ, ਚਾਰਜਰ ਦੇ ਵਾਪਿਸ ਮੇਰਾ। ਆ ਗਿਆ, ਜਲਦੀ ਦੇ। ਡੇਢ MB, 2 MB, 2.5 MB, 4 MB, ਬੱਲੇ ਬੱਲੇ। ਉਹ ਤੇਰੇ ਕੰਮ ਦੀ ਚੀਜ਼ ਹੈ ਨੀ ਵਾਈਫਾਈ। ਵਾਈਫਾਈ
ਚਾਰ ਐਮ ਬੀ ਸਪੀਡ ਆਈ ਜਾਂਦੀ ਹੈ ਚਲਾਣੀ ਤੂੰ ਉਧਰੋਂ ਆ ਜਾ ਜੇ ਆਉਣਾ ਤਾਂ ਮੇਰੇ ਯਾਰ ਸਿਤਾਰਾ ਸੈਕਟਰ ਜੇ ਕੁਝ ਦੇਸੀ ਤੇ ਕੁਝ ਐਕਟਰ ਜੇ ਮੇਰੇ ਯਾਰ ਸਿਤਾਰਾ ਕੁਝ ਠੰਡੀਆਂ आइए आज हम कर रहे हैं एक नए फोन की अनबॉक्सिंग तो शुरू करते हैं ये है नया फोन सिम सिम भाई धोखा हो गया भाई मैच नहीं हो रहा बहुत अरे यार कितने वाइट है या ब्लैक है चल तो बताइए दिखाते हैं हम आपको इसके खास फीचर्स यस हाँ ये हमारे इसको माइक्रोफोन भी मिले हैं तो ये बाद में हम बात करेंगे लेकिन इससे पहले खास फीचर गिनाइए सबसे मेन फीचर इसका ये है पहला फीचर ये है कि इस फोन में आपको कीपैड अलग मिलेगा जो कि ये है कीपैड स्क्रीन भी है और कीपैड भी है कीपैड अलग से है और तो आप ऑप्शनल के रूप में यूज कर सकते हो फीचर्स और ये इसकी कितने ये लगभग 1.5-2 लाख एमएएच की बैटरी होती है और बहुत ज्यादा 1.5-2 लाख का है जो भी है तो 220 आगे चलते हैं 220 ये गर्मियों में हवा लेने के बहुत काम आते हैं लाइक दिस इसका जो सबसे खास फीचर है वो मैं बता देता हूँ बिल वगैरह है तो एक सबसे बड़ी बुरी बात ये है कि इस फोन में हमें चार्जर नहीं मिला जो कि हमारी जिंदगी होता है तो ये है इसका बिल वगैरह सबसे बड़ी बात इस फोन को बिना किसी बटन दबाए ये स्विच ऑन हो जाता है ये देखिए ये देखो ये फोन पकड़ रखा है ये बैटरी है मैं कोई बटन नहीं दबा रहा हूँ ये देखो और इसके कैमरे के बारे में आपको बताते हैं कि इसका जो कैमरा है ये DSLR को भी फेल कर चुका है क्योंकि DSLR में फोकस और ब्लर दोनों होते हैं लेकिन इसमें सिर्फ ब्लर है ये सिर्फ और सिर्फ ब्लर देता है और इसके कैमरे की बात करें तो 48 MP का कैमरा है इसका लेकिन जब इसको चलाते हैं तो ये सिर्फ 1.5 MP का रह जाता है वो जो कि हमारे बहुत ज़्यादा प्रॉब्लम चल रही है लाइट की तो इसलिए और इसकी गारंटी आपको मैं बता दूं कि आप 100 मंजिल मकान के ऊपर से इसको गिराएंगे नीचे बिल्कुल भी नहीं मिलेगा ये तो ये 99 मंजिल तक नहीं टूटेगा और 100 की हम गारंटी नहीं ले सकते तो सोचिए अगर आप 99 मंजिल तक कम इसकी गारंटी ले रहे हैं तो आपको ये फोन खरीदना चाहिए इसके साथ मिलते हैं 2 जोड़ी हेडफोन 2 जोड़ी नहीं 2 स्पीकर विद हेडफोन इसमें एक चलता दूसरा बनवाने वाला तो उनका कम इसके पास बनवाएंगे इसको तो चलिए अब इसके और तो फीचर है ये कुछ अवशेष है इसके तो ये कैमरा देखिए मेन चीज कैमरे की हम बता रहे हैं कि ये जो कैमरा है ये बहुत ज्यादा ब्लर मारता है और फोकस इसमें है नहीं सिर्फ ब्लर ही है हम आपको चला के भी दिखाएंगे चला के नहीं दिखाएंगे बेइज्जती हो जाएगी उसके बाद नहीं हम आपको नेक्स्ट वीडियो में भी कुछ बताएंगे कैमरे के फीचर्स तो इसलिए प्लीज ये फोन जरूर खरीदिए जरूर बहुत ही बहुत अरे ये नहीं ये धोखेधड़ी है ये फोन निकलता है ये खरीदिए ये इसका मदरबोर्ड दिख रहा है और इसका फादर बोर्ड भी जल्दी दिखने लग जाएगा ये देखिए या अब ये फोन कंप्लीट हुआ है अब बना है ये फोन देखिए कौन क्या नाम लिखा हुआ है हाँ ये नाम है ठीक है मिलते हैं अगले धोखे में थैंक्स फॉर वॉचिंग ते सानू मोबाइल फोन का एक्सेसिव यूज नहीं करना चाहिदा ये साड़ी सेहत लई खतरनाक साबित हो सकता है और अजकल ਪੜ੍ਹੇ ਲਿਖੇ ਅਤੇ ਸਮਝਦਾਰ ਲੋਕ ਵੀ ਮੋਬਾਈਲ ਨੂੰ ਫਰੰਟ ਪੋਕਿਟ 'ਚ ਪਾ ਕੇ ਰੱਖਦੇ ਨੇ ਜਿਸ ਨਾਲ ਦਿਲ ਦੇ ਰੋਗ ਅਤੇ ਕੈਂਸਰ ਜਿਹੀ ਖਤਰਨਾਕ ਬਿਮਾਰੀਆਂ ਦੇ ਹੋਣ ਦੀ ਸੰਭਾਵਨਾ ਰਹਿੰਦੀ ਹੈ ਸੋ ਮੋਬਾਈਲ ਫੋਨ ਦਾ ਐਕਸੈਸਿਵ ਯੂਜ਼ ਅੱਖਾਂ ਲਈ ਵੀ ਬਹੁਤ ਜ਼ਿਆਦਾ ਖਤਰਨਾਕ ਹੁੰਦਾ ਹੈ ਇਸ ਲਈ ਆਪਣੇ ਫੋਨ ਨੂੰ ਫਰੰਟ ਪੋਕਿਟ 'ਚ ਪਾ ਕੇ ਨਹੀਂ ਰੱਖਣਾ ਚਾਹੀਦਾ ਹੈ ਠੀਕ ਹੈ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਹਮਾਰੀ ਵੀਡੀਓ ਸ਼ੇਅਰ ਕਰੇਂ ਔਰ ਕਮੈਂਟ ਕਰਕੇ ਬਤਾਈਏ ਹਮਾਰੀ ਵੀਡੀਓ ਕੈਸੇ ਲਗੀ ਪਲੀਜ਼ ਇਨਕੋ ਲਾਈਕ ਜ਼ਰੂਰ ਕਰਨਾ ਓ ਯਾਰ ਰੱਖੀ ਦੇ ਦੋਤ ਦੇ ਮੋਛੇ ਵਰਗੇ ਕੋਈ ਦਿਲ ਤੇ ਨਾ ਫੇਕ ਬਲੀਏ
सीने विच कर पा के जट दे ना वस सकदा हर एक बलिए जान तक रख दईए बिलो गिरवी ना फायदा नफा देखे लगदा कारोबार चली जाता जटदा यारियां कमाउण दा ए कम कारोबार चली जाता जटदा जिथे इज्जतां दी गल हुंदी रहर नहीं हत्थ खड़े सरकारां दे वी कर दे ਯਾਰੀਆਂ ਦੇ ਮੈਟਰ ਚ ਬੱਲੀਏ ਪਹਿਲਾਂ ਪੇਜ ਅਖਬਾਰਾਂ ਦੇ ਵੀ ਬਣਦੇ ਜਿੱਥੇ ਹੁੰਦੀਆਂ ਨੇ ਜਹਿਜ ਗੱਲ ਬਾਤ ਬਿਲੋ ਤਿਣਕਾ ਨਾ ਛੱਡੇ ਹੱਕਦਾ ਯਾਰੀਆਂ ਕਮਾਉਣ ਦਾ ਇਹ ਕੰਮ ਕਾਰੋਬਾਰ ਚੱਲੀ ਜਾਂਦਾ ਜੱਟਦਾ ਯਾਰੀਆਂ ਕਮਾਉਣ ਦਾ ਇਹ ਕੰਮ ਕਾਰੋਬਾਰ ਚੱਲੀ ਜਾਂਦਾ ਜੱਟਦਾ